ਸਸਿਕਾਲ ਜੀ ਸਾਰਿਆਂ ਨੂੰ ਮੈਂ ਵਿਕਰਮ ਬਾਵਾ ਲੈ ਗਿਆ ਜੀ ਇੱਕ ਨਵੀਂ ਨਵੇਲੀ ਦੁਲਹਨ ਵਰਗੀ ਵੀਡੀਓ ਅੱਜ ਦੀ ਵੀਡੀਓ 'ਚ ਦੱਸਾਂਗੇ ਕਿ ਹਾਊ ਟੂ ਗੇਨ ਫੋਲੋਵਰਸ ਔਨ ਇੰਸਟਾਗ੍ਰਾਮ ਆਪਣੇ ਭਾਈ ਉਹਨੇ ਕੀਆ ਸੋ ਆਈਡੀਆ ਡਰੋਪ ਮਜ਼ਾਕ ਕਰ ਰਿਹਾ ਸੋ ਅੱਜ ਦੀ ਵੀਡੀਓ 'ਚ ਆਪਾਂ ਸ਼ੇਅਰ ਕਰਾਂਗੇ ਕਿ ਆਪਾਂ ਜਿਹੜੀ ਢੋਲਕੀ ਲੂਪ ਆ ਉਹਨੂੰ ਪੰਜਾਬੀ ਅਰਬਨ ਬੀਟ ਵਿੱਚ ਕਿਵੇਂ ਫਿੱਟ ਕਰ ਸਕਦੇ ਹਾਂ ਅਤੇ ਉਸ ਬੀਟ ਵਿੱਚ ਜਾਣ ਪਾਉਣ ਵਾਸਤੇ ਕੋਈ ਵੀ ਪੰਜਾਬੀ ਟਰੈਕ ਆ ਉਹਦੇ ਵਿੱਚ ਆਪਾਂ ਪ੍ਰੋਗਰਾਮਡ ਫਲੂਟ ਦੀਆਂ ਕਿੱਦਾਂ ਪਾ ਸਕਦੇ ਹਾਂ ਪ੍ਰੋਗਰਾਮਡ ਫਲੂਟ ਕਿੱਦਾਂ ਪਾ ਸਕਦੇ ਹਾਂ ਕਿ ਜਿੱਦਾਂ ਪਿਆਨੋ ਰੋਲ 'ਚ ਬਣਾ ਬਣਾ ਕੇ ਠੀਕ ਆ ਲਾਈਵ ਰਿਕਾਰਡ ਨਹੀਂ ਕਰਨਾ ਪਊਗਾ ਬਸ ਫਿਲਸ ਪਾਉਣ ਵਾਸਤੇ ਸੋ ਵੀਡੀਓ 'ਚ ਜੰਪ ਕਰਨ ਤੋਂ ਪਹਿਲਾਂ ਛਾਲ ਮਾਰਨ ਤੋਂ ਪਹਿਲਾਂ ਤੁਸੀਂ ਕਰ ਦਿਓ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਵੀ ਕਰ ਦਿਓ ਕਮੈਂਟ ਵੀ ਕਰ ਦਿਓ ਜੇ ਚੰਗੀ ਲੱਗੂਗੀ ਅਤੇ ਇਹਦੀ ਡੀਕੰਸਟਰਕਸ਼ਨ ਕਰਨ ਤੋਂ ਪਹਿਲਾਂ ਆਪਾਂ ਇੱਕ ਵਾਰੀ ਬੀਟ ਸੁਣ ਲਈਏ ਆਹੀ ਹੈ ਜੀ ਪੰਜਾਬੀ ਬੀਟ ਉਹੀ ਸਿੰਪਲ ਆਪਣੇ ਜੋ ਪੰਜਾਬੀ ਇੰਸਟਰੂਮੈਂਟ ਹੁੰਦੇ ਆ ਤੂੰਬੀ ਹੋ ਗਈ ਫਲੂਟ ਹੋ ਗਏ ਢੋਲਕੀ ਹੋ ਗਈ ਇਹ ਸਭ ਯੂਜ਼ ਹੋਇਆ ਬਾਕੀ ਆਪਣਾ ਕਿੱਕ ਸਨੇਅਰ ਹਾਈ ਹੈਟ ਉੱਚੀ ਟੋਪੀ ਇਹ ਕੁਝ ਤਾਂ ਲੱਗੇ ਰਹਿੰਦਾ ਐਫ ਐਲਸ ਕੀ ਤੋ ਐਫ ਐਲਸ ਕੀ ਨਹੀਂ ਐਫ ਐਲ ਕੀਜ਼ ਸੋ ਜਿਹੜੇ ਆਪਣੇ ਮੇਨ ਅੱਜ ਦੇ ਸਟਾਰ ਆ ਅੱਜ ਦੇ ਆਪਣੇ ਸਿਤਾਰੇ ਜਿਹੜੇ ਢੋਲਕੀ ਲੂਪ ਅਤੇ ਆਪਣਾ ਫਲੂਟ ਦੀ ਜਿਹੜੀ ਆਪਾਂ ਥੋੜ੍ਹਾ ਸੈਂਪਲ ਜਿਹਾ ਬਣਾਇਆ ਵਾ ਠੀਕ ਆ ਉਹਨਾਂ 'ਤੇ ਆਪਾਂ ਬਾਅਦ 'ਚ ਆਵਾਂਗੇ ਸਭ ਤੋਂ ਪਹਿਲਾਂ ਆਪਾਂ ਵੇਖ ਲਈਏ ਬਾਕੀ ਹੋਰ ਕੀ ਚੀਜ਼ਾਂ ਲੱਗੀਆਂ ਹੋਈਆਂ ਵਾ ਸੋ ਸਭ ਤੋਂ ਪਹਿਲਾਂ ਆਪਣੀ ਲੱਗੀ ਹੋਈ ਆ ਤੂੰਬੀ ਠੀਕ ਆ ਸੋ ਇੱਦਾਂ ਦੀ ਆ ਸੋ ਤੂੰਬੀ ਕਿੱਦਾਂ ਬਣਾਈ ਦੀ ਆ ਇਹ ਪਿਆਨੋ ਰੋਲ 'ਚ ਵੀ ਹੀ ਬਣੀ ਹੋਈ ਆ ਸੋ ਤੂੰਬੀ ਕਿੱਦਾਂ ਬਣਾਈ ਦੀ ਆ ਪਿਆਨੋ ਰੋਲ 'ਚ ਉਹਦੀ ਆਪਾਂ ਪਹਿਲਾਂ ਹੀ ਇੱਕ ਵੀਡੀਓ ਬਣਾ ਚੁੱਕੇ ਹਾਂ ਮੈਂ ਆਈ ਕਾਰਡ ਵਿੱਚ ਉਹਦੇ ਲਿੰਕ ਦੇ ਦਿੰਦਾ ਉੱਥੇ ਜਾ ਕੇ ਤੁਸੀਂ ਵੇਖ ਸਕਦੇ ਹੋ ਸੋ ਇਹ ਥੱਲੇ ਵੀ ਉਹੀ ਆ ਉਹਨੂੰ ਸੇਮ ਮੇਕ ਯੂਨੀਕ ਕੀਤਾ ਵਾ ਉਸੇ ਨੂੰ ਅਤੇ ਉਹਨੂੰ ਕੀ ਕੀਤਾ ਆਪਾਂ ਇੱਕ ਪੂਰਾ ਦਾ ਪੂਰਾ ਓਕਟੇਵ ਮਤਲਬ 12 ਸੈਮੀਟੋਨ ਉੱਤੇ ਚੱਕਤਾ ਠੀਕ ਆ ਤਾਂ ਕਿ ਉਹ ਥੋੜ੍ਹੀ ਵਾਈਡ ਸਾਊਂਡ ਕਰੇ ਤੂੰ ਵੀ ਇੱਦਾਂ ਠੀਕ ਆ ਅਤੇ ਉਸ ਤੋਂ ਬਾਅਦ ਆਪਣਾ ਲੱਗਿਆ ਲੱਤਾਂ ਲੱਤਾਂ ਬਹੁਤ ਜ਼ਰੂਰੀ ਵੈਰੀ ਇੰਪੋਰਟੈਂਟ ਸਮੈਟਿਕਸ ਦੀਆਂ ਹੋਈਆਂ ਲਾਈਆਂ ਹੋਈਆਂ ਵਾ ਕਿਕਸ ਅਤੇ ਉਹ ਤੋਂ ਬਾਅਦ ਆਪਣੀ ਥੋੜ੍ਹੀ ਟਰੈਪ ਜੀ ਥੋੜ੍ਹੀ ਜਿਹੀ ਵਾਈਬ ਵਾਲੀ ਹਾਈ ਹੈਟ ਅਤੇ ਵਿੱਚ ਵਿੱਚ ਆਪਣੇ ਸੋ ਆਪਣੇ ਹਾਈ ਹੈਟ ਰੋਲ ਵੀ ਯੂਜ਼ ਹੋਇਆ ਅਤੇ ਇਹ ਵੀ ਬਣਾਉਣੇ ਆਪਾਂ ਇੱਕ ਵੀਡੀਓ 'ਚ ਦੱਸੇ ਹੋਏ ਆ ਮੈਂ ਆਈ ਕਾਰਡ ਵਿੱਚ ਉਹਦਾ ਵੀ ਲਿੰਕ ਪਾ ਦਿੰਦਾ ਕਿ ਆਪਣੀ ਹਾਈ ਹੈਟ ਰੋਲਸ ਕਿੱਦਾਂ ਬਣਦੇ ਆ ਬਾਕੀ ਤਾਂ ਉਹੀ ਲੱਗੇ ਹੋਏ ਆ ਸਿੰਪਲ ਸਿੰਪਲ ਠੀਕ ਆ ਉਸ ਤੋਂ ਬਾਅਦ ਆਪਣੀ ਆ ਜਾਂਦੀ ਆ ਪ੍ਰਕਰਸ਼ਨ ਮਤਲਬ ਅਜੀਬ ਅਜੀਬ ਧਵਨੀਆਂ ਅਜੀਬ ਅਜੀਬ ਆਵਾਜ਼ਾਂ ਮੈਂ ਤਾਂ ਪ੍ਰਕਰਸ਼ਨ ਨੂੰ ਉਹੀ ਕਹਿੰਦਾ ਸਿੰਪਲ ਲੱਗੀ ਹੋਈ ਆ ਅਤੇ ਉਸ ਤੋਂ ਬਾਅਦ ਆਪਣੀ ਹੈਗੀ ਆ ਸ਼ੇਕਰਸ ਉਸ ਤੋਂ ਬਾਅਦ ਲੱਗਾ ਹੋਇਆ ਆਪਣਾ ਸਨੇਅਰ ਸਿੰਪਲ ਲੱਗਾ ਹੋਇਆ ਅੱਛਾ ਵੈਸੇ ਯਾਰ ਹਾਈ ਹੈਟ ਨੂੰ ਤਾਂ ਮੈਂ ਚੱਲ ਉੱਚੀ ਟੋਪੀ ਕਹਿ ਦੀਦਾ ਠੀਕ ਆ ਕਿੱਕ ਨੂੰ ਲੱਤਾਂ ਕਹਿ ਲਈਦੀਆਂ ਸਨੇਅਰ ਨੂੰ ਕੀ ਕਹਿੰਦੇ ਆ ਗੂਗਲ ਕਰਕੇ ਵੇਖੀਏ ਕਰੋਮ ਖੁੱਲ੍ਹਾ ਹੀ ਪਿਆ ਸੋ ਓਹ ਯਾਹੂ ਬਟ ਆਪਾਂ ਯਾਹੂ 'ਚ ਨਹੀਂ ਕਰਾਂਗੇ ਵੀ ਲਵ ਗੂਗਲ ਬਾਬਾ ਸੋ ਆਪਾਂ ਯਾਹੂ 'ਚ ਗੂਗਲ ਸਰਚ ਕਰਾਂਗੇ ਹੋਈ ਰਿਹਾ ਇੱਥੇ ਸਰਚ ਕਰਨਾ ਸੀ ਕੀ ਕਰਨਾ ਸੀ ਹਾਂ ਹਾਂ ਸਨੇਅਰ ਮੀਨਿੰਗ ਇਨ ਪੰਜਾਬੀ
ਸਨੇਅਰ ਮੀਨਿੰਗ ਇਨ ਪੰਜਾਬੀ ਕਿਹੜੀ ਖੋਲੀਏ? ਹਾਂ ਬਈ ਓਕੇ, ਸਨੇਅਰ ਦਾ ਮਤਲਬ ਹੁੰਦਾ ਵਾ ਫਾਹੀ, ਸੋ ਸਨੇਅਰ ਡਰਾਮ ਦਾ ਮਤਲਬ ਹੈ ਸਾਹੀ, ਸਾਹੀ ਨਹੀਂ ਫਾਹੀ ਨਗਾਰਾ, ਡਰਾਮ ਨੂੰ ਪਿੱਟਣਾ ਵੀ ਕਹਿੰਦੇ ਆ ਵਾ ਫਾਹੀ। ਸੋ ਆਪਾਂ ਗਾਣਿਆਂ 'ਚ ਫਾਹੀ ਯੂਜ਼ ਕਰਦੇ ਹਾਂ, ਲੱਤਾਂ ਫਾਹੀ ਲਈਆਂ ਹੋਈਆਂ ਆਪਾਂ ਗਾਣੇ 'ਚ। ਸੋ ਵੈਸੇ ਵੱਖਰੇ ਵੱਖਰੇ ਆ, ਪੰਜਾਬੀ ਇਜ਼ ਵੈਰੀ ਬਿਊਟੀਫੁਲ ਲੈਂਗੁਏਜ, ਸੋ ਵੱਖਰੇ ਵੱਖਰੇ ਚੀਜ਼ਾਂ ਮਿਲ ਸੁਣਨ ਨੂੰ ਮਿਲਦੀਆਂ। ਸੋ ਉਹ ਤੋਂ ਬਾਅਦ ਆਪਣਾ ਲੱਗਾ ਹੋਇਆ ਐਫਲ ਕੀਸ, ਸਿੰਪਲ ਆਪਣੀ ਜਿਹੜੀ ਬੀਟ ਹੈਗੀ ਆ ਉਹ ਡੀ ਮਾਈਨਰ 'ਤੇ ਆ, ਡੀ ਮਾਈਨਰ ਸਕੇਲ 'ਤੇ। ਅਤੇ ਉਹ ਤੋਂ ਆ ਬਾਅਦ ਆਪਣਾ ਲੱਗਾ ਹੋਇਆ ਇਹ ਕੀ ਆ, ਅੱਛਾ ਇਹ ਮਿਊਟਿਡ ਆ, ਕੁਛ ਨਹੀਂ ਆ। ਅਤੇ ਉਹ ਤੋਂ ਬਾਅਦ ਆਪਣੇ ਰਾਈਜ਼ਰਸ, ਬਹੁਤ ਖੁੱਲ੍ਹੇ ਫਲਾਅ ਵਾਲੇ ਰਾਈਜ਼ਰਸ, ਜੋ ਕਿ ਬਹੁਤ ਜ਼ਰੂਰੀ ਆ, ਵੈਰੀ ਇੰਪੋਰਟੈਂਟ ਇਨ ਦਾ ਬੀਟ। ਇੱਕ ਆ ਸਾਜ ਲੱਗੇ ਹੋਏ ਇੱਦਾਂ, ਸੋ ਇਹ ਵੋਕਲ ਚੈਂਟ ਹੀ ਇੱਥੇ ਪੰਜਾਬੀ ਮੇਰੇ ਜਿਹੜਾ ਪੈਕ ਆ ਮੇਰੇ ਕੋਲ ਸੈਂਪਲ ਪੈਕ ਉਹਦੇ 'ਚ ਹੀ, ਉਹ ਤੋਂ ਬਾਅਦ ਆਪਣੇ ਉਹਦੇ 'ਚੋਂ ਹੀ ਮੈਂ ਵੋਕਲ ਚੈਂਟ ਯੂਜ਼ ਕੀਤੇ ਉਹ ਹੋਏ ਹੋਏ ਵਾਲੇ। ਠੀਕ ਆ, ਉਹ ਤੋਂ ਬਾਅਦ ਬੇਸ ਲਾਈਨ ਥੋੜ੍ਹੀ, ਇਹ ਅਕੂਸਟਿਕ ਬੇਸ ਲਾਈਨ ਆ, 808 808। ਸੋ ਸਲਾਈਡ ਨੋਟਸ ਲੱਗੇ ਹੋਏ ਆ। ਸੋ ਵੈਸੇ ਘੱਟ ਹੀ ਚੀਜ਼ਾਂ ਇਹਦੇ 'ਚ, ਮੇਨ ਆਪਣੇ ਸਟਾਰ ਹੈਗੇ ਆ ਢੋਲਕੀ ਲੂਪ ਅਤੇ ਜੋ ਆਪਾਂ ਫਲੂਟ ਦਾ ਸੈਂਪਲ ਬਣਾਇਆ ਹੋਇਆ। ਸੋ ਅਗਰ ਮੈਂ ਬਿਨਾਂ ਢੋਲਕੀ ਲੂਪ ਦੇ ਅਤੇ ਫਲੂਟ ਦੇ ਸੁਣਾਵਾਂ ਤਾਂ ਬੜੀ ਸਿੰਪਲ ਜੀ ਲੱਗੂਗੀ। ਠੀਕ ਆ, ਸੋ ਜਾਣ ਪਾਈ ਹੀ ਢੋਲਕੀ ਨੇ ਅਤੇ ਆਪਣੀ ਫਲੂਟ ਨੇ ਆ, ਪੰਜਾਬੀ ਇੰਸਟਰੂਮੈਂਟ ਜਿੰਦਾਬਾਦ। ਸੋ ਹੁਣ ਦੱਸਦਾ ਢੋਲਕੀ ਦੀ ਲੂਪ, ਅੱਛਾ ਢੋਲਕੀ ਦੀ ਵੈਸੇ ਲੂਪ ਹੁੰਦੀ ਆ, ਵੈਸੇ ਤਾਂ ਆਪਾਂ ਸਵਰ ਪਲੱਗ ਨਾਮ ਦਾ VST ਹੈਗਾ ਉਹ 'ਚ ਵੀ ਬਣਾ ਸਕਦੇ, ਬਟ ਉਹ ਉੱਚੀਆਂ ਗੱਲਾਂ ਥੋੜ੍ਹੀਆਂ। ਸੋ ਆਪਾਂ ਸੈਂਪਲ ਹੀ ਡਾਊਨਲੋਡ ਕਰ ਲਿਆ। ਸੋ ਆਪਾਂ ਕਿੱਦਾਂ ਇਹਨੂੰ ਕਰ ਸਕਦੇ ਹਾਂ, ਜਿੱਦਾਂ ਮੰਨ ਲਓ ਕੋਈ ਵੀ ਸੈਂਪਲ ਆ ਫਲੂਟ ਦਾ, ਨਹੀਂ ਢੋਲਕੀ ਦਾ ਆ ਮੰਨ ਲਓ, ਠੀਕ ਆ, ਨਹੀਂ ਇਹ ਨਹੀਂ ਆ, ਇਹ ਨਹੀਂ ਹੀ ਯੂਜ਼ ਕੀਤਾ ਮੈਂ, ਆਹ ਯੂਜ਼ ਕੀਤਾ ਸੀ ਮੈਂ। ਠੀਕ ਆ, ਮੰਨ ਲਓ ਆਹ ਵਾਲਾ ਸੈਂਪਲ ਆ, ਮੈਂ ਆਹ ਵਾਲੀ ਦੂਜੇ ਨੰਬਰ ਵਾਲੀ ਯੂਜ਼ ਕੀਤੀ। ਠੀਕ ਆ, ਜਿਹੜੀ ਵੀ ਤੁਹਾਨੂੰ ਪਸੰਦ ਹੈਗੀ ਕੱਟੋ ਉਹਨੂੰ, ਠੀਕ ਆ, ਐਂਡ ਟੂ ਐਂਡ ਕੱਟੋ, ਕੱਟਿਆ ਅਤੇ ਉਹਨੂੰ ਆਪਣੇ ਇਹਦੇ 'ਚ ਆਪਣੀ ਟੈਂਪੋ ਵਿੱਚ ਐਡਜਸਟ ਕਰਨਾ। ਠੀਕ ਆ, ਵੈਸੇ ਜਿੱਥੋਂ ਤੱਕ ਮੈਨੂੰ ਯਾਦ ਆ ਇਹ ਟੈਂਪੋ ਵਿੱਚ ਹੀ ਆ, ਇਹ 82 ਦੇ ਉੱਤੇ ਆਪਣਾ ਟਰੈਕ ਆ ਅਤੇ ਇਹ ਵੀ 82 ਉੱਤੇ ਹੀ ਹੈ, ਅਗਰ ਸੁਣਾਵਾਂ ਥੋੜ੍ਹਾ ਜਿਹਾ ਤੁਹਾਨੂੰ। ਸੋ ਬੀਟ 'ਤੇ ਗਿਆ, ਬੀਟ 'ਤੇ ਕਿੱਦਾਂ ਪਤਾ ਲੱਗਦਾ, ਆ ਜਿਹੜੇ ਆਪਣੇ ਇਹਦੇ ਵਿੱਚ ਠੱਕ ਠੱਕ ਆ ਜਿਹੜੇ ਠੱਕ 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 ਐ ਵਾਲੇ, ਇਹ ਜਿਹੜੇ ਆਪਣੇ ਲਾਈਨਾਂ 'ਤੇ ਆਉਣੇ ਚਾਹੀਦੇ ਆ। ਸੋ ਇਹ ਰੱਬ ਵੱਲੋਂ ਹੀ 82 'ਤੇ ਆ, ਬਟ ਅਗਰ ਮੰਨ ਲਓ ਇਹ ਕਿਸੇ ਹੋਰ ਟੈਂਪੋ 'ਤੇ ਹੁੰਦੀ ਤਾਂ ਆਪਾਂ 82 'ਤੇ ਲਿਆਉਣੀ ਆ। ਠੀਕ ਆ, ਉਹਦੇ ਵਾਸਤੇ ਕੀ ਕਰਨਾ, ਆਪਾਂ ਇੱਥੇ ਕਰਨਾ ਕਲਿੱਕ, ਇਹਨੂੰ ਕਰਨਾ ਇੱਥੋਂ ਸਟਰੈਚ ਜੋ ਕਿ ਆਲਰੇਡੀ ਹੋਇਆ, ਅਤੇ ਟਾਈਮ ਨੂੰ ਆਪਾਂ 0% ਕਰ ਦੇਣਾ। ਉਹ ਤੋਂ ਬਾਅਦ ਕੀ ਕਰਨਾ, ਇੱਥੇ ਸਟਰੈਚ ਦਾ ਆਪਸ਼ਨ ਹੈਗਾ ਵਾ, ਉਹਨੂੰ ਕਲਿੱਕ ਕਰੋ ਅਤੇ ਉਹਨੂੰ ਆਪਣੇ ਉਹਦੇ ਹਿਸਾਬ ਨਾਲ ਕਰ ਲਓ ਸਟਰੈਚ। ਠੀਕ ਆ, ਅਤੇ ਕਿੰਨਾ ਵੀ ਕਰ ਸਕਦੇ ਆਪਾਂ ਆਪਣੀ ਬੀਟ ਦੇ ਹਿਸਾਬ ਨਾਲ। ਠੀਕ ਆ, ਅਤੇ ਇੱਦਾਂ ਵਾ। ਅਤੇ ਉਹ ਤੋਂ ਬਾਅਦ ਜੇ ਮੰਨ ਲਓ ਆਪਣਾ ਗਾਣਾ ਆਪਣੀ ਜਿਹੜੀ ਬੀਟ ਹੀ ਉਹ ਕਿਤੇ ਹੀ ਆਪਣੇ ਡੀ 'ਤੇ, ਠੀਕ ਆ, ਅਤੇ ਇਹਦਾ ਆਪਾਂ ਨੂੰ ਇਹਨੂੰ ਵੀ ਡੀ 'ਤੇ ਲਿਆਉਣਾ ਪੈਣਾ ਵਾ। ਠੀਕ ਆ, ਬਟ ਇਹ ਆਲਰੇਡੀ ਹੀ ਡੀ 'ਤੇ ਹੀ ਮੈਨੂੰ ਸੈਂਪਲ ਹੀ ਉਹ ਮਿਲ ਗਿਆ ਜਿਹੜਾ ਡੀ 'ਤੇ ਹੀ ਅਤੇ ਟੈਂਪੋ 'ਤੇ ਵੀ ਹੈਗਾ ਸੀ ਪਹਿਲਾਂ ਹੀ, ਅਤੇ
इनू की करना आपां इहदी किद्दां फाइंड करनी आपां कि आपां केड़ी की ते आए वाला सिंपल एफ एल कीज़ खोल लो ठीक है उस तो बाद उहनू सुनो ते नाल अपने ये वैसे इत्थे कान ट्रेन होने चाहिए आ ठीक है सो पहले ही डी ते आ तो जे मान लो आनू चाहिए वा डी शार्प ते ठीक है डी तो बाद आउंदा डी शार्प ते डी शार्प ते जाण वास्ते आनू एक सैमीटोन तां जाना पैना सो इहदा मतलब एक सैमीटोन च 100 सेंट हुंदे आ सो 100 सेंट आनू इह च प्लस करने पैणे हैलो जी आपां 100 सेंट प्लस करते विच ठीक है इत्थे हिंट पैनल ते देखियो सो 100 आपां प्लस करते ठीक है सो आ गया डी शार्प ते ठीक है जो जिन्ने ते भी अपना ट्रैक आ उहदे हिसाब नाल ठीक है आपां उहनू प्लस माइनस कर देना सेंट्स नू ठीक है तो ये सैमीटोनस मतलब किदा आपां उहदी पिच चेंज करते हैं अगर इत्थे तुसीं देखना चाहो कि किदा ज़्यादा डिटेल विच ते तुसीं यूट्यूब ते सर्च कर सकते जी सैमीटोनस एंड सेंट्स ते अगर जे किसे वीर भरा नू ना पता लगेगा तो कमेंट कर दिओ ते आपां उत्ते भी वीडियो बना देंगे बावे कमेंट ओह कर देंगे ओह माई गॉड अरे मजाक कर रहे हैं आपां ते नहीं कमेंट नहीं ओफ करांगे सो कमेंट कर दिओ ते आपां सैमीटोनस उत्ते भी एक वीडियो लैके आ जांगे सो ये होगी ढोलकी लूप नूं आपां किद्दां फिट करना अपनी बीट दे हिसाब नाल उहदी पिच उहदी टैंपो किद्दां आपां उहदे विच बिठाउणी आ सो उस तों बाद अपनी आ गई तुंबी लूप सो ये तुंबी लूप किदा बनाई है सेम प्रोसैस आ जिदा तुंबी नहीं आ सच सॉरी यह हैगी फलूट सो फलूट लूप किदा बनाई आप जिदा अपनी लूंगी ओहो तुंबी की लूप बनती है उदा ही तो हाँ इतने ये वास्ते की किया कोई सैंपल लिया मान लो कोई कोई फलूट का सैंपल ठीक है आहो ले लिया मैं और कोई भी एक नोट चक के मूँह चक के जोड़ा तुम पसंद आता ये पसंद आ गया ठीक है इनू आपां इन्ने कु नूं रख लेना किद्दां करना एडिट सैंपल इहदे ते इत्थे क्लिक करना उपर एडिट सैंपल ते कोई नोट ही आ वाला ही मान लो ठीक आ इन्ना सिलेक्ट करके इत्थों फड़ के इनू लैना इत्थे आ गया इनू मार दो डिलीट इहदा कोई काम नहीं होना ठीक आ गया सब तो पहला काम इनू करना आपां स्ट्रैच ते टाइम नूं कर देना जीरो ठीक है उस तो बाद इतने क्लिक करके चैनल रैक आ सिलेक्टेड आदा मतलब यो ही है पियानो रोल तो इतने आके आप कुछ भी कर सकते जो मर्जी बनाओ इतने ठीक है वो तोड़े तो आई वाइब किदा दी फिल पाना चाहते जै पूरा तो पूरा पैटर्न भी बना सकते हैं सो ज़्यादा मेहनत लगेगी तो फिल पा लो जिदा सिंपल सिंपल वो पिछे देखो गोस्ट नोट्स भूतिया नोट्स दिख रहे तो वो सिंपल फिल पाया हुआ सो इदा ही आप सैंपल्स आपों अगों लूप्स बना सकते हैं कोई भी सैंपल जरूरी नहीं है हारमोनीयम का भी इदा बना सकते जी पुरानी वीडियो आई ही कि आप पियानो हारमोनीयम च किदा चेंज करते हैं वह भी की कहते हैं आप हारमोनीयम भी इदा ही बना सकते हैं ठीक है सो आ जाके यही कुछ आ यो चीज़ा वा कि आप कि ढोलकी लूप में एडजस्ट कर सकते हैं तो कि फलूट के फिल पा सकते हैं सो आही आ पंजाबी अर्बन बीट जिद इंडियन इंस्ट्रूमेंट्स का भरपूर प्रयोग किया हुआ वा सो एफ एल स्टूडियो ना पंगे लेंदे रहो जिन्हें पंगे लै सकते जे अज की वीडियो लिए इन्ना ही आप मिलते हैं अगली वीडियो तद तक ली सत श्री अकाल बाय बाय।